मेजर ओलंपियन विरसा सिंह बाजवा नूं उस समय गहरा सदमा लगा जदों उन्हां दी धर्म पत्नी श्रीमती गुरदीप कौर सभना नूं विलकदियां छड्ड के प्रभु चरणा विच लीन हो गए। उन्हां संबंधी रखे पाठ दी पोक उन्हां दे निवास स्थान विखे पाए गए जिथे श्री अजय कुमार IGBSF विशेष तौर ते पहुंचे। परमात्मा दे चरणा विच अरदास करन उपरंत हुक्मनामा लिया गया। उन्हां संबंधी अंतम अरदास गुरुद्वारा श्री गुरु तेग बहादुर नगर जलंधर विखे कीती गई। इस मौके पदम श्री प्रगट सिंह MLA, पदम श्री सरदार करतार सिंह, अजैब सिंह, लैंबर सिंह मंडेर, बलविंदर सिंह DC BSF, RS बल, एशियन गोल्ड मेडलिस्ट मदन लाल DIG BSF, श्री नरेश कुमार DIG BSF, RP जसवाल DIG BSF, परमिंदर कौर पन्नू कौंसलर, परमजीत कौर कैनेडा, चरणजीत सिंह बाजवा नॉर्दर्न रेलवे, सतनाम सिंह मान GPS रंधावा, मनजीत सिंह पुलर, धर्म सिंह हाकी प्लेयर, वरिंदर सिंह हाकी प्लेयर, हरप्रीत सिंह SP पंजाब पुलिस, सरदार कुलजीत सिंह SP फुटबॉल प्लेयर, TS रंधावा, इकबाल सिंह टींडसा, मिस्टर सेठी, जगबीर सिंह बराड़ सबका MLA तो इलावा वड्डी गिनती विच लोक परिवारिक मैंबर मेजर ओलंपियन विरसा सिंह, बलविंदर सिंह बाजवा, चरणजीत कौर बाजवा, सरबजीत कौर, TS रंधावा, करमजीत कौर, जतिंदर हुंदल, करमजीत कौर, सुरिंदर सिंह, बलचरण बाजवा, दिलप्रीत बाजवा नाल दुख सांझा करन लई पहुंचे। ਸਤਨਹਾਰਾ ਸਿਮਰੀ ਨਾਨਕ ਸੇ ਦੇ ਆਵਨ।
ਕਹਿੰਦੇ ਇਹ ਸੱਦਾ ਜਿਹੜਾ ਇਹ ਘਰ ਘਰ ਦੇ ਵਿੱਚ ਪਹੁੰਚਣਾ ਹੈ, ਘਰ ਘਰ ਦੇ ਵਿੱਚ ਜਾਣਾ ਹੈ। ਕੋਈ ਘਰ ਐਸਾ ਨਹੀਂ ਜਦੋਂ ਅਸੀਂ ਮਹਾਤਮਾ ਬੁੱਧ ਜੀ ਹੋਣਾ ਦੇ ਬੁੱਧ ਦੇ ਦਿੱਤੇ ਹੋਏ ਵਿਚਾਰਾਂ ਦੇ ਵਿੱਚੋਂ ਉਹਨਾਂ ਦੇ ਉਸ ਸਾਹਿਤ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚੋਂ ਸਾਨੂੰ ਇਹ ਦ੍ਰਿਸ਼ਟਾਂਤ ਮਿਲਦਾ ਕਿ ਇਹ ਇਨਸਾਨ ਜਾਂ ਉਸ ਮਾਂ ਦਾ ਬੱਚਾ ਤੇ ਜਿਉਂਦਾ ਹੋ ਸਕਦਾ, ਪਰ ਉਹਦੇ ਬਸ਼ਰਤੇ ਆ ਵੀ ਇਹਦੇ ਵਾਸਤੇ ਤੁਸੀਂ ਕੁਰਾਈ ਦੇ ਦਾਣੇ ਲਿਓ, ਪਰ ਲਿਆਉਣੇ ਉਸ ਘਰ ਦੇ ਵਿੱਚੋਂ ਜਿਹੜੇ ਘਰ ਦੇ ਵਿੱਚ ਅੱਜ ਤੱਕ ਕਦੀ ਮੌਤ ਨਾ ਹੋਈ ਹੋਵੇ। ਪਰ ਮਾਲਕ ਨੇ ਗੁਰਬਾਣੀ ਵਿੱਚ ਬਾਬੇ ਫਰੀਦ ਨੇ ਬਚਨ ਆਖਿਆ, ਸ਼ੇਖ ਹਯਾਤੀ ਜਗ ਨ ਕੋਈ ਥਿਰ ਰਹਿਆ, ਜਿਸ ਆਸਣ ਹਮ ਵੈਸੇ ਕੀਤੇ ਵੈਸ। ਜਿਹੜੀ ਥਾਂ ਤੇ ਅੱਜ ਅਸੀਂ ਬੈਠੇ ਹਾਂ ਜਾਂ ਜਿਸ ਘਰ ਵਿੱਚ ਰਹਿੰਦੇ ਹਾਂ, ਜਿਸ ਨਗਰ ਵਿੱਚ ਰਹਿੰਦੇ ਹਾਂ, ਜਿਸ ਪਿੰਡ ਵਿੱਚ ਰਹਿੰਦੇ ਹਾਂ, ਪਤਾ ਨਹੀਂ ਸਾਡੇ ਤੋਂ ਪਹਿਲਾਂ ਉਸ ਥਾਂ ਤੇ ਕਿੰਨੇ ਕੁ ਵੱਸ ਕੇ ਇਸ ਜਗਤ ਤੋਂ ਚਲੇ ਗਏ, ਇਸ ਸੰਸਾਰ ਤੋਂ ਚਲੇ ਗਏ। ਤੇ ਮਹਾਰਾਜ ਕਹਿੰਦੇ ਹਰੇਕ ਜੀਵ ਜਿਹੜਾ ਜਿਹੜਾ ਵੀ ਇਸ ਧਰਤੀ ਦੇ ਉੱਤੇ ਇਸ ਸੰਸਾਰ ਦੇ ਉੱਤੇ ਪੈਦਾ ਹੋਇਆ ਉਹਨੇ ਜਾਣਾ ਤੇ ਇਹ ਸੁਨੇਹਾ ਜਿਹੜਾ ਘਰ ਘਰ ਦੇ ਵਿੱਚ ਪਹੁੰਚਣਾ। ਕੋਈ ਘਰ ਐਸਾ ਨਹੀਂ ਜਿਹੜੇ ਘਰ ਦੇ ਵਿੱਚ ਜਿਹੜਾ ਉਹ ਮੌਤ ਦਾ ਸੁਨੇਹਾ ਨਹੀਂ ਆਏ। ਪਰ ਸਾਹਿਬ ਕਹਿੰਦੇ ਇਹਦੇ ਤੋਂ ਪਹਿਲਾਂ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਇਹ ਸਦੜਾ ਆਵੇ ਕਿ ਸਰੀਰ ਮਿਣਸ ਜਾਣਾ, ਸਮਾਪਤ ਹੋਣਾ, ਖਤਮ ਹੋਣਾ, ਉਹਦੇ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ ਜੀ ਦੇ ਤੂੰ ਘਰ ਦੇ ਵਿੱਚ ਜਾਣਾ ਹੈ, ਜਿਸ ਮਾਲਕ ਦੇ ਦਰ ਤੇ ਜਾਣਾ। ਕਿਉਂਕਿ ਅਸੀਂ ਸੰਸਾਰ ਦੇ ਉੱਤੇ ਜਦੋਂ ਆਏ ਹਾਂ ਆਉਣ ਵਿੱਚ ਵੀ ਸਾਡੀ ਕੋਈ ਮਰਜ਼ੀ ਨਹੀਂ, ਨਾ ਸਾਡੇ ਤੋਂ ਪੁੱਛਿਆ ਗਿਆ ਬਈ ਤੂੰ ਜਾਣਾ ਹੈ ਕਿ ਨਹੀਂ ਜਾਣਾ, ਤੂੰ ਕਿਸ ਕਿਸ ਦੇਸ਼ ਦੇ ਵਿੱਚ ਪੈਦਾ ਹੋਣਾ, ਕਿਹੜੀ ਧਰਤੀ 'ਤੇ ਪੈਦਾ ਹੋਣਾ। ਸਾਨੂੰ ਕੋਈ ਮਾਂ ਬਾਪ ਚੁਣਨ ਦਾ ਮੌਕਾ ਨਹੀਂ ਦਿੱਤਾ ਗਿਆ ਵੀ ਤੂੰ ਕਿਸ ਦੀ ਔਲਾਦ ਬਣਨਾ, ਕਿਹੜੀ ਕਿਹਦੀ ਸੰਤਾਨ ਹੋਵੇ, ਐਸੀ ਕੋਈ ਆਪਸ਼ਨ ਨਹੀਂ ਸਾਡੇ ਸਾਹਮਣੇ। ਉਹਦੇ ਤੋਂ ਬਾਅਦ ਜੇ ਗੱਲ ਮੌਤ ਦੀ ਆਈ ਹੈ ਤੇ ਉਦਣ ਵੀ ਉਸ ਮਾਲਕ ਨੇ ਸਾਨੂੰ ਨਹੀਂ ਪੁੱਛਣਾ ਬਈ ਤੂੰ ਜਾਣਾ ਵੀ ਚਾਹੁੰਦਾ ਕਿ ਨਹੀਂ ਜਾਣਾ ਚਾਹੁੰਦਾ, ਜਾਂ ਤੇਰਾ ਪਰਿਵਾਰ ਤੈਨੂੰ ਭੇਜਣਾ ਚਾਹੁੰਦਾ ਕਿ ਨਹੀਂ ਭੇਜਣਾ ਚਾਹੁੰਦਾ। ਕਹਿੰਦੇ ਨਹੀਂ, ਤੇਰੀ ਕੋਈ ਸਲਾਹ ਜਿਹੜੀ ਹੈ, ਕਿਉਂਕਿ ਉਹ ਮਾਲਕ ਕਿਸੇ ਤੋਂ ਕੋਈ ਸਲਾਹ ਲੈ ਕੇ ਕਾਰਜ ਨਹੀਂ ਕਰਦਾ। ਤਾਂ ਹੀ ਬਾਬਾ ਕਬੀਰ ਜੀ ਨੇ ਕਬੀਰ ਜੋ ਮੈਂ ਜਿੱਤਵਾਂ ਨਾ ਕਰਾਂ, ਜੋ ਮੈਂ ਜਿੱਤਦਾ ਨਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ, ਕਹਿੰਦੇ ਉਸ ਤਰ੍ਹਾਂ ਨਹੀਂ ਉਹ ਕਰਦਾ। ਕਿਆ ਮੇਰੇ ਜਿੱਤਵੇ ਹੋਏ, ਆਪਣਾ ਜਿੱਤਵਿਆ ਹਰ ਕਰੇ ਜੋ ਮੇਰੇ ਜਿੱਤ ਨਾ। ਜਿਹਨੂੰ ਬਾਬੇ ਫਰੀਦ ਨੇ ਆਖਿਆ, ਜੋ ਮਨ ਚਿੱਤ ਨ ਚੇਤੇ ਸਨ ਸੋਗਾਲੀ ਰੱਬ ਕੀ। ਜੋ ਅਸੀਂ ਕਦੀ ਚਿਤਵਿਆ ਨਹੀਂ ਹੁੰਦਾ, ਜੋ ਅਸੀਂ ਕਦੀ ਵਿਚਾਰਿਆ ਨਹੀਂ ਹੁੰਦਾ, ਕਹਿੰਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹ ਕੁਝ ਕਰਦਾ ਹੈ ਕਿਉਂਕਿ ਉਹ ਸਾਡੇ ਅਨੁਸਾਰ ਨਹੀਂ, ਉਹ ਆਪਣੇ ਫੈਸਲੇ ਉਹ ਕਿਸੇ ਦੀ ਸਲਾਹ ਦੇ ਨਾਲ ਜਾਂ ਕਿਸੇ ਮਨੁੱਖ ਦੀ ਵਿਚਾਰ ਦੇ ਨਾਲ ਨਹੀਂ, ਉਹ ਖੁਦ ਇਸੇ ਕਰਕੇ ਸਾਹਿਬ ਨੇ ਗੁਰਬਾਣੀ ਵਿੱਚ ਆਖਿਆ ਵੀ ਉਹ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੁਆਪੇ। ਕੋਈ ਜਾ
बेटिया सारे परिवार को आप सारे का बहुत बहुत धन्यवाद है।